ਸਤਿਗੁਰ ਨੇ ਆਪਣਾ ਸਭ ਕੁਝ ਵਾਰ ਦਿੱਤਾ, ਵਾਰ ਤਾਂ ਅਸੀਂ ਵੀ ਸਭ ਕੁਝ ਦਿੱਤਾ, ਸਾਡੇ ਪੱਲੇ ਵੀ ਕੱਖ ਨਹੀਂ ਰਿਹਾ, ਪੰਜਾਬ 'ਚ ਕੁਛ ਨਹੀਂ ਰਿਹਾ, ਘਰਾਂ ਦੇ ਘਰ ਖਾਲੀ ਪਏ ਨੇ, ਬਾਂ ਬਾਂ ਕਰਦੇ ਨੇ ਘਰ, ਡਰ ਲੱਗਦਾ ਰਾਤ, ਉਹ ਬੁੱਢੀ ਬੁੱਢਾ ਵਿਚਾਰੇ ਸੁੱਤੇ ਨੇ, ਉਹਨਾਂ ਨੂੰ ਰਾਤ ਨੀਂਦ ਨਹੀਂ ਆਉਂਦੀ। ਜਦੋਂ ਅਸੀਂ ਆਏ ਹਾਂ ਦੁਨੀਆਂ ਵਿੱਚ ਨਾ, ਆ ਬਜ਼ੁਰਗ ਬੈਠੇ ਨੇ, ਸੱਤ ਸੱਤ ਅੱਠ ਅੱਠ ਭਰਾ ਹੁੰਦੇ ਸੀ, ਅੱਠ ਅੱਠ ਦਸ ਦਸ ਬੱਚੇ ਹੁੰਦੇ ਸੀ, ਕਹਿਣ ਦੋਨੋਂ ਭਰਤੀ ਕਰਾ ਦਿਓ, ਇਹ ਦੇਸ਼ ਦੀ ਰਾਖੀ ਕਰਨਗੇ, ਦੋਨੋਂ ਜ਼ਿਮੀਂਦਾਰਾ ਕਰਾ ਦਿਓ, ਇਹ ਘਰ ਦੀ ਹਲਵਾਈ ਕਰਨਗੇ, ਇੱਕ ਨੂੰ ਨੌਕਰੀ 'ਤੇ ਲਗਾ ਦਿਓ, ਬਾਹਰੋਂ ਪੈਸੇ ਆਉਣਗੇ, ਇੱਕ ਨੂੰ ਗੁਰਸਿੱਖ ਸਾਜ ਦਿਓ, ਗੁਰਮੁਖ ਸਾਜ ਦਿਓ, ਸੰਤ ਬਣਾ ਦਿਓ, ਇਹ ਗੁਰੂ ਦੀ ਗੱਲ ਸੁਣਾਇਆ ਕਰੂਗਾ। ਤੁਸੀਂ ਦੱਸੋਗੇ, ਤੁਸੀਂ ਕੋਈ ਦਿਓਗੇ ਗੁਰੂ ਦੇ ਪ੍ਰਚਾਰ ਲਈ? ਕੋਈ ਹੈ ਤੁਹਾਡੇ ਕੋਲ? ਕੈਨੇਡਾ ਭੇਜਣ ਨੂੰ ਤਾਂ ਹੈ, ਇੰਗਲੈਂਡ ਭੇਜਣ ਨੂੰ ਤਾਂ ਹੈਗਾ, ਅਮੈਰੀਕਾ ਭੇਜਣ ਨੂੰ ਤਾਂ ਹੈਗਾ, ਆਸਟ੍ਰੇਲੀਆ ਭੇਜਣ ਨੂੰ ਤਾਂ ਹੈਗਾ, ਕੋਈ ਗੁਰੂ ਦਰਬਾਰ ਵਿੱਚ ਸੇਵਾ ਕਰਨ ਲਈ ਵੀ ਦਿਓਗੇ? ਜਾਂ ਯੂਪੀ ਦੇ ਭਈਏ ਆਉਣਗੇ ਹੁਣ ਪਾਠ ਕਰਨ, ਦੱਸੋਗੇ? ਤੁਹਾਡਾ ਹਾਲ ਬਹੁਤ ਮਾੜਾ ਹੋਣ ਵਾਲਾ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ। ਤੁਸੀਂ ਹਰ ਚੀਜ਼ ਕਿਰਾਏ 'ਤੇ ਲੈਣਾ ਚਾਹੁੰਦੇ ਹੋ, ਹਰ ਚੀਜ਼। ਇੱਕ ਦਿਨ ਮੈਨੂੰ ਕੋਈ ਮਜ਼ਾਕ ਕਰ ਰਿਹਾ ਸੀ, ਕਹਿੰਦਾ ਸਿੱਖਾਂ ਨੇ ਸਾਰਾ ਕੁਝ ਠੇਕੇ 'ਤੇ ਚਾੜ੍ਹ ਦਿੱਤਾ, ਕਹਿੰਦੇ ਸੁਖਮਨੀ ਸਾਹਿਬ ਠੇਕੇ 'ਤੇ ਇੰਨੇ ਪੈਸੇ, ਸਹਿਜ ਪਾਠ ਠੇਕੇ 'ਤੇ ਇੰਨੇ ਪੈਸੇ, ਅਖੰਡ ਪਾਠ ਸਾਹਿਬ ਇੰਨੇ ਪੈਸੇ ਠੇਕੇ 'ਤੇ ਚਾੜ੍ਹ ਦਿੱਤਾ, ਅਤੇ ਰਾਤ ਆਪ ਵੀ ਤੁਸੀਂ ਠੇਕੇ 'ਤੇ ਹੀ ਹੁੰਦੇ ਹੋ, ਘਰ ਲੱਭਦੇ ਹੀ ਨਹੀਂ, ਆਖੋ ਸਤਨਾਮ ਵਾਹਿਗੁਰੂ, ਆਪ ਵੀ ਤੁਸੀਂ ਬਹੁਤੇ ਠੇਕੇ 'ਤੇ ਹੀ ਹੁੰਦੇ ਹੋ। ਇਹੋ ਜਿਹਾ ਸੀ ਸਿੱਖ। ਕਦੇ ਕਲਗੀਆਂ ਵਾਲੇ ਨੇ ਕਿਹਾ ਸੀ, ਜਦ ਤੈਨੂੰ ਕੋਈ ਦੇਖੇ ਤੇ ਮੈਂ ਦਿਖਾਈ ਦਿਆਂ ਵਿੱਚ, ਆਖੋ ਸਤਨਾਮ ਵਾਹਿਗੁਰੂ। ਹੁਣ ਤਾਂ ਸਿੱਖ ਵੱਲ ਦੇਖਦਾ ਤੂੰ ਤੰਬਾਕੂ ਚੱਬਦਾ, ਤੰਬਾਕੂ ਖਾਂਦੇ, ਪਾਨ ਖਾਂਦੇ ਦੇਖਦਾ ਮੈਂ, ਕਮਾਲ ਹੈ ਸਿੱਖੀ। ਇਉਂ ਲੱਗਦਾ ਜਿਵੇਂ ਲੋੜ ਮੁੱਕ ਗਈ ਸਿੱਖੀ ਰੱਖਣ ਦੀ,